ਇੱਥੋਂ ਗਏ ਤੁਸੀਂ ਜਿਸ ਤਰ੍ਹਾਂ ਰਾਸਤਾ ਹੋਇਆ ਜਿਵੇਂ ਇੱਥੇ ਆਣ ਕੇ ਜਿਹੜੀ ਮੁਹੱਬਤ ਤੁਸੀਂ ਦਿੱਤੀ ਹੈ ਜੋ ਸਵਾਗਤ ਕੀਤਾ ਅੱਲਾਹ ਤਾਲਾ ਵਾਹਿਗੁਰੂ ਮਿਹਰ ਕਰੇ ਮੈਂ ਇਸ ਕਾਬਲ ਹੋ ਸਕਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮੈਂ ਆਪਣੇ ਮਾਪਿਆਂ ਦੇ ਵਾਲਦ ਸਾਹਿਬ ਦੇ ਦਾਦਾ ਜੀ ਦੇ ਉਸ ਥਾਂ 'ਤੇ ਪਿੰਡ ਉਸ ਜ਼ਮੀਨ 'ਤੇ ਆ ਕੇ ਜਿਸ ਤਰ੍ਹਾਂ ਤੁਸੀਂ ਮੈਨੂੰ ਪਿੰਡ 'ਚ ਆਏ ਨੂੰ ਅਤੇ ਸਵਾਗਤ ਕੀਤਾ ਮੇਰੇ ਕੋਲ ਸ਼ਬਦ ਨਹੀਂ ਮੈਨੂੰ ਲੱਗਦਾ ਕਿ ਇਹ ਰਿਣ ਮੈਂ ਸਾਰੀ ਉਮਰ ਨਹੀਂ ਅਦਾ ਕਰ ਸਕਾਂਗਾ ਜਿੰਨਾ ਪਿਆਰ ਮੁਹੱਬਤ ਤੁਸੀਂ ਦਿੱਤਾ ਪਿਤਾ ਜੀ ਕਰਕੇ ਦਾਦਾ ਜੀ ਕਰਕੇ ਤਾਇਆ ਜੀ ਕਰਕੇ ਮੈਂ ਅੱਗੇ ਉੱਥੇ ਘਰ ਜਾ ਕੇ ਆਇਆ ਬਜ਼ੁਰਗ ਮਿਲੇ ਜਦੋਂ ਉਹਨਾਂ ਨੇ ਦੱਸਿਆ ਵੀ ਤੇਰੇ ਦਾਦਾ ਜੀ ਆਹ ਸਨ ਤੇਰੇ ਪਿਓ ਨੂੰ ਤੇਰੇ ਤਾਏ ਨੂੰ ਇਸ ਤਰ੍ਹਾਂ ਮੈਂ ਵੇਖਿਆ ਔਰ ਜਿਸ ਤਰ੍ਹਾਂ ਤੁਸੀਂ ਸਾਰਿਆਂ ਇਕੱਠਿਆਂ ਹੋ ਕੇ ਘਰ ਆਇਆਂ ਦਾ ਸਵਾਗਤ ਕੀਤਾ ਮੈਨੂੰ ਮੇਰੇ ਬੜੇ ਤਰ੍ਹਾਂ ਦੇ ਸਵਾਗਤ ਹੁੰਦੇ ਨੇ ਪਰ ਜਦੋਂ ਆਪਣੇ ਸਵਾਗਤ ਕਰਨ ਉਹ ਸਵਾਗਤ ਜਿਹੜਾ ਹੈ ਨਾ ਉਹਦੇ ਨਾਲ ਕੋਈ ਰੀਸ ਨਹੀਂ ਅੱਜ ਮੈਨੂੰ ਲੱਗਦਾ ਕਿ ਮੇਰੇ ਆਪਣਿਆਂ ਨੇ ਜਿਹੜਾ ਮੇਰਾ ਸਵਾਗਤ ਕੀਤਾ ਅਤੇ ਸਦਾ ਲਈ ਮੇਰੇ ਚੇਤਿਆਂ 'ਚ ਵੱਸਿਆ ਰਹੇਗਾ ਇਹ ਕਰਜ਼ਾ ਮੈਂ ਸ਼ਾਇਦ ਸਾਰੀ ਉਮਰ ਨਾ ਉਤਾਰ ਸਕਿਆ ਇੱਕ ਇੱਕ ਕਦਮ ਜਿਹੜਾ ਤੁਸੀਂ ਚੱਲ ਕੇ ਆਏ ਹੋ ਮੇਰਾ ਉਹ ਸਿੱਧਾ ਮੇਰਾ ਸਿਰ ਝੁਕਦਾ ਮੈਂ ਸੀਸ ਨਵਾਉਣਾ ਸਕੂਲੋਂ ਨਾਲ ਪਤਾ ਲੱਗਾ ਪਿਆ ਤੇ ਭੱਜੇ ਆਏ ਨੇ ਫਟਾਫਟ ਕਰੋ ਕੱਪੜੇ ਵੀ ਬਦਲੇ ਕੱਪੜੇ ਵੀ ਬਦਲੇ